ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕੱਲ੍ਹ ਜਿਹੜਾ ਸੀਗਾ ਨਾ ਉਹ ਮੇਜਰ ਸਾਨੂੰ ਪ੍ਰੋਬਲਮ ਆਈ ਹੈ 2 ਘੰਟੇ। ਇੱਥੇ 66 KV ਦੀ ਲਾਈਨ ਆਉਂਦੀ ਹੈ ਜੀ, ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਉਂਦੀ ਹੈ ਕਿਉਂਕਿ ਇਹ ਬਡੂੰਗਰ ਤੋਂ ਆਉਂਦੀ ਹੈ, ਉਹਦੇ 'ਚ ਉੱਪਰ ਵੱਲ ਓਵਰਹੈਡ ਤਾਰਾਂ ਨਹੀਂ ਪੈ ਸਕਦੀਆਂ। ਉਹਦੇ 'ਚ ਉਹਨਾਂ ਨੇ ਕੇਬਲ ਐਕਸਟਰਾ ਵੀ ਪਾਈ ਹੋਈ ਆ, ਲੇਕਿਨ ਉਹਦੇ ਬਾਵਜੂਦ ਵੀ ਜਿਹੜੀ ਕੱਲ੍ਹ ਪ੍ਰੋਬਲਮ ਆਈ ਹੈ, ਬਟ 2 ਘੰਟੇ 'ਚ ਰੈਕਟੀਫਾਈ ਹੋ ਗਈ ਸੀ। ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ, ਅਤੇ ਇੱਕ ਉਹ ਕਿਉਂ ਆਈ ਸਾਰਾ ਉਹਦੇ ਸਾਰੇ ਡਿਟੇਲ 'ਚ ਗੱਲ ਹੋਈ ਆ। ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ੀਅਲ ਸਾਰੇ ਆਏ ਹੋਏ ਸੀਗੇ, ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ 'ਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆ ਹੀ ਸਕਦੀ ਹੈ ਨਾ, ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ, ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ। ਉਹਦੇ 'ਚ ਇੱਕ ਅਸੀਂ ਅਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਜਮ੍ਹਾਂ ਕਰਾਵਾਂਗੇ। ਇਹ 66 KV ਹੈ, 11 KV ਦੀ ਇੱਕ ਅਲਟਰਨੇਟ ਸਪਲਾਈ ਹੋਏਗੀ, ਜੇ ਕਦੇ ਇੱਦਾਂ ਦਿੱਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰਕੇ ਮੈਂ ਦੱਸਦਾ ਨਾ ਜੀ। ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ, ਜਨਰੇਟਰ ਤਾਂ ਆਲਰੇਡੀ ਹੈਗੇ ਆ ਜੀ, ਜਨਰੇਟਰ ਤਾਂ ਕੱਲ੍ਹ ਵੀ ਚੱਲੇ ਆ, ਥੋੜ੍ਹੀ ਜਿਹੀ ਦਿੱਕਤ ਆਈ ਉਹਦੇ ਨਾਲ। ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ। ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ MS ਸਾਹਿਬ? ਟੋਟਲ ਸਾਰੇ 20 ਆ ਜੀ, ਟੋਟਲ 20 ਦੇ ਕਰੀਬ ਤਕਰੀਬਨ ਜਨਰੇਟਰ ਹੈਗੇ ਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ। ਜਨਰੇਟਰ ਤਾਂ ਚੱਲਦੇ ਆ, ਔਰ ਉਹਦੇ ਜਿਹੜਾ ਉਹਨਾਂ ਦਾ PWD ਇਲੈਕਟ੍ਰੀਕਲ ਹੈਗਾ, ਉਹ ਹਰ ਹਫ਼ਤੇ ਉਹਨਾਂ ਦਾ ਉਹ ਵੀ ਟੈਸਟ ਵੀ ਕਰਦੇ ਆ ਉਹਨਾਂ ਨੂੰ। ਅਤੇ ਇਹ ਕੁੱਲ ਮਿਲਾ ਕੇ ਸੀਗਾ ਵੀ ਮੁੜ ਕੇ, ਕਿਉਂਕਿ ਹੋਸਪਿਟਲ ਆ ਜਿਹੜਾ ਬੰਦਾ ਲਾਈਫ ਸਪੋਰਟ 'ਤੇ ਆ, ਉਹਦੇ 'ਚ UPS ਹੁੰਦੇ ਆ, ਉਹਦੀ ਤਾਂ ਥੋੜ੍ਹੀ ਜਿਹੀ ਬੈਕਅਪ ਹੁੰਦੀ ਹੈ ਨਾ ਅੱਧੇ ਘੰਟੇ ਦੀ, ਜਾਂ ਮਤਲਬ ਕੁਛ ਇੱਕ ਮਿੰਟਾਂ 'ਚ ਹੀ ਹੁੰਦੀ ਆ, ਅੱਧੇ ਘੰਟੇ ਅੱਧੇ ਪੌਣੇ ਘੰਟੇ ਦੀ। ਅਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਤਲਬ ਜਨਰੇਟਰ ਟੇਕ ਓਵਰ ਕਰੇ, ਅਤੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇੱਕ ਆਲਟਰਨੇਟ ਲਾਈਨ ਜਿਹੜੀ ਹੈਗੀ ਆ ਉਹ ਸਾਡੇ ਗ੍ਰਿਡ ਤੱਕ ਆਏਗੀ, ਅਤੇ ਜੇ ਇੱਦਾਂ ਕਦੇ ਹੋ ਜਾਏ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਅਤੇ ਉਹਨੂੰ 11 KV 'ਤੇ ਸ਼ਿਫਟ ਕਰ ਦਿਓ। ਕਦੇ ਕੋਈ ਰਿਪੇਅਰ ਦੀ ਲੋੜ ਪੈ ਜਾਂਦੀ ਹੈ, ਕੁਛ ਪੈ ਜਾਂਦੀ ਹੈ, ਅਤੇ 2 ਆਲਟਰਨੇਟ ਇੱਕ ਪੈਰਲਲ ਸਿਸਟਮ ਹੋਏਗਾ ਜੀ ਸਪਲਾਈ ਦਾ। ਹਾਂ, ਇਹਨਾਂ ਨੂੰ ਮੈਂ ਭਰੋਸਾ ਦਿੱਤਾ ਜੀ, ਇਹਨਾਂ ਦੀ ਮੈਂ ਸਾਰੀ ਜਿਹੜੀ ਹੈਲਥ ਜਿਹੜੀ ਸਾਡੀ ਮੈਡੀਕਲ ਐਜੂਕੇਸ਼ਨ ਬ੍ਰਾਂਚ ਹੈ ਉਹਦੇ ਤੋਂ ਅਸੀਂ ਇਹਨਾਂ ਦਾ ਸਟਾਈਪੈਂਡ ਕੱਟ ਹੈਗਾ, ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ, ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਹੇ ਆ। 16ਵਾਂ ਵਿੱਤ ਕਮਿਸ਼ਨ ਆਇਆ ਹੋਇਆ, ਉਹਦੇ ਸਾਡੀ ਜਿਹੜੀ ਕੈਬਨਿਟ ਆ ਉਹਦੇ 'ਚ ਬਿਜ਼ੀ ਆ, ਮੇਰੀ ਫਾਈਨੈਂਸ ਮਿਨਿਸਟਰ ਨਾਲ ਵੀ ਔਰ CM ਸਾਹਿਬ ਨਾਲ ਵੀ ਗੱਲ ਹੋ ਗਈ ਆ। ਸੋ ਸਾਰੇ ਸਿੰਪੈਥੈਟਿਕ ਆ ਜੀ, ਅਸੀਂ ਇਹਨਾਂ ਦਾ ਜਿਹੜਾ ਸਟਾਈਪੈਂਡ ਆ ਉਹ ਵਧਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸਰ, ਇੱਕ ਗੱਲ ਸਾਈਡ ਹੋਈ ਬੱਚੇ ਦੀ, ਉਹਦੇ ਲਈ ਜਿਹੜੇ ਉਹਨਾਂ ਨੂੰ PG ਸਟੂਡੈਂਟਸ ਨੂੰ ਮੈਂਟਲ ਇਸ਼ੂਜ਼ ਦੇ ਆਉਂਦੇ ਨੇ, ਉਹਦੇ ਲਈ ਕੋਈ ਐਡਰੈਸ ਕਰਨ ਲਈ ਕੋਈ ਕੀਤਾ ਕਿ ਬੱਚਿਆਂ ਦੇ ਪ੍ਰੈਸ਼ਰ ਨਾ ਹੋਵੇ ਥੀਸਿਸ ਕੰਪਲੀਸ਼ਨ ਤੇ? ਬਿਲਕੁਲ ਨਹੀਂ, ਬਿਲਕੁਲ ਦੱਸੇ ਗਏ, ਕੁਝ ਪਰਸਨਲ ਕੰਮ ਵੀ ਕਰਾਉਂਦੇ ਨੇ ਜਿਹੜੇ ਆਪਣੇ ਪ੍ਰੋਫੈਸਰਸ ਹੁੰਦੇ ਨੇ? ਨਹੀਂ ਨਹੀਂ, ਇੱਦਾਂ ਦਾ ਮੇਰੇ ਧਿਆਨ 'ਚ ਨਹੀਂ ਆਇਆ ਕੁਛ, ਉਹਦੇ ਕੋਈ ਥੀਸਿਸ ਨੂੰ ਲੈ ਕੇ ਇਸ਼ੂ ਸੀਗਾ ਜਿਹੜਾ ਉਹਦਾ ਨਹੀਂ ਕਲੀਅਰ ਹੋਇਆ ਸੀਗਾ। ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਜਿਹੜੇ ਸਾਡੇ ਬੱਚੇ ਹੀ ਆ ਇਹ, ਫਿਰ ਵੀ ਮੈਂ ਉਹਨਾਂ ਦੀ ਇੱਕ ਕਮੇਟੀ ਬਣਾਤੀ ਆ ਜੀ, ਇੱਕ ਜਿਹੜਾ ਸਾਰਿਆਂ ਬੱਚਿਆਂ ਨੂੰ ਰੈਗੂਲਰਲੀ ਮਿਲੇਗੀ, ਉਹਨਾਂ ਨੂੰ ਇੱਕ ਗ੍ਰੀਵੀਐਂਸ ਐਡਰੈਸਲ ਦਾ, ਜੇ ਬੱਚੇ ਨੂੰ ਕੋਈ ਸਟ੍ਰੈਸ ਹੈ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ, ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਤੁਸੀਂ ਇੱਥੇ ਥੋੜ੍ਹੀ ਦੇਰ ਵਾਸਤੇ ਆਏ ਹੋ, ਤੁਸੀਂ ਆਪਣੇ JRO 3 ਸਾਲ ਹੀ ਰਹੋਗੇ, ਕਿਸੇ ਤੋਂ ਕੋਈ 6 ਮਹੀਨੇ ਵੱਧ ਲੱਗ ਸਕਦੇ ਆ, ਅਤੇ ਇਹਦੇ 'ਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਆ, ਤੁਸੀਂ ਮਿਲੋ ਡਾਇਰੈਕਟਰ ਪ੍ਰਿੰਸੀਪਲ ਨੂੰ ਮਿਲੋ, ਕਮੇਟੀ ਨੂੰ ਮਿਲੋ, ਆਪਣੇ ਪੇਰੈਂਟਸ ਨੂੰ ਦੱਸੋ, ਮੈਨੂੰ ਦੱਸੋ, ਮੈਂ ਇੱਥੇ ਅਕਸਰ ਆਉਂਦਾ ਰਹਿੰਦਾ ਹੈਗਾ। ਸੋ ਅਸੀਂ ਬੜੇ ਸਿੰਪੈਥੈਟਿਕ ਹਾਂ ਜੀ, ਉਹਨਾਂ ਨਾਲ ਇਨਫੋਰਮਲ ਮੀਟਿੰਗਸ ਵੀ ਕਰਿਆ ਕਰਾਂਗੇ। ਇਹਨਾਂ ਦਾ ਆਪਸ ਦੇ ਵਿੱਚ ਵੀ ਸਪੋਰਟ ਮੈਕਨਿਜ਼ਮ ਹੋਣਾ ਚਾਹੀਦਾ, ਔਰ ਟੀਚਰਸ ਦੇ ਵਿੱਚ ਵੀ ਹੋਣਾ ਚਾਹੀਦਾ। ਬਹੁਤ ਦੁਖਦਾਈ ਘਟਨਾ ਜੀ, ਇੱਕ ਤੁਸੀਂ ਦੇਖੋ UG ਟੈਸਟ ਦਾ ਕਿੰਨਾ ਕੀ ਕੁਛ ਕਰਦੇ ਆ ਲੋਕ, ਬੱਚੇ ਨੇ UG ਟੈਸਟ ਵੀ ਪਾਸ ਕੀਤਾ, PG ਵੀ ਕੀਤਾ, ਪੋਸਟ ਗ੍ਰੈਜੂਏਸ਼ਨ ਹੋ ਗਈ, ਔਰ ਘਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਾ ਨਹੀਂ 10 ਸਾਲ ਤੋਂ ਬਾਹਰ ਸੀ, ਉਹਨੇ ਵਾਪਸ ਜਾਣਾ ਸੀਗਾ। ਵੈਰੀ ਟ੍ਰੈਜਿਕ, ਮੈਂ ਉਹਨਾਂ ਨੂੰ ਮਿਲ ਕੇ ਵੀ ਗਿਆ, ਉਹਨਾਂ ਦੇ ਪੇਰੈਂਟਸ ਨੂੰ ਵੀ ਮਿਲ ਕੇ ਗਿਆ ਜੀ, ਅਸੀਂ ਉਹਨਾਂ ਦਾ ਜੋ ਵੀ ਸਾਡੇ ਕੋਲੋਂ ਸਾਡੀ ਹਮਦਰਦੀ ਉਹਨਾਂ ਮਾਂ ਬਾਪ ਨਾਲ ਹੈ, ਮੈਂ ਵੀ ਇੱਕ ਫਾਦਰ ਹੈਗਾ ਜੀ। ਸਰ, ਇੱਕ ਹੋਰ, ਜਿਸ ਤਰ੍ਹਾਂ ਕੱਲ੍ਹ ਇੱਕ ਮੌਕੇ ਦੇ ਇਸ਼ੂ ਕ੍ਰੀਏਟ ਹੋ ਜਾਂਦਾ, ਨਹੀਂ ਤਾਂ ਸਾਨੂੰ DPRO ਡਿਪਾਰਟਮੈਂਟ ਤੋਂ ਕੋਈ ਵੀ ਤੁਹਾਡੀ ਮੀਟਿੰਗ ਹੁੰਦੀ ਹੈ, ਬਿਆਨ ਹੁੰਦਾ ਜਾਂਦਾ, ਜਦੋਂ ਸਰ ਕੋਈ ਐਸਾ ਮੈਡੀਕਲ, ਜਿਸ ਤਰ੍ਹਾਂ ਕੱਲ੍ਹ ਉਹ ਸਟੂਡੈਂਟ ਦੀ ਡੈਥ ਹੋਈ ਹੈ,
ਸਾਨੂੰ 4 ਘੰਟੇ ਤੱਕ ਕੋਈ ਵੀ ਵਰਜ਼ਨ ਹੈ ਜਿਹੜਾ ਉਹ ਨਹੀਂ ਮਿਲਿਆ ਕੋਈ ਸਰ ਅਫੀਸ਼ੀਅਲੀ ਦੇਖ ਕੇ ਮੀਡੀਆ ਦੇ ਅੰਦਰ ਮਾਈਕ ਨੂੰ ਇਵੇਂ ਲੱਗ ਜੰਨੇ ਆ ਪਈਆਂ ਨੇ ਸੀ ਕਿੰਨੀਆਂ ਰਿੰਗਾਂ ਮਾਰੀਆਂ ਨੇ ਜੀ ਇਹ ਨਹੀਂ ਚੱਕਦੇ ਕੋਈ ਇਹ ਤਰੀਕਾ ਵੀ ਸਰ ਨੈਗੇਟਿਵ ਜਾਂਦਾ ਹੈਗਾ ਅਸੀਂ ਪੋਜ਼ਿਟਿਵ ਖਬਰ ਹੁੰਦੀ ਹੈ ਉਹ ਨੈਗੇਟਿਵ ਚਲਾ ਜਾਂਦਾ ਕਿ ਸਿਹਤ ਅਧਿਕਾਰੀ ਕਿਉਂ ਨਹੀਂ ਬੋਲ ਰਹੇ ਚਲੋ ਤੁਸੀਂ ਵੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਥੋੜ੍ਹੀ ਜਿਹੀ ਜਦੋਂ ਇੱਦਾਂ ਦਾ ਬਹੁਤਾ ਸੈਂਸਿਟਿਵ ਮਾਮਲਾ ਹੋਵੇ ਨਾ ਜੀ ਕਈ ਵਾਰੀ ਆਫ ਹੈਂਡ ਟੀਚਰ ਨੂੰ ਵੀ ਨਹੀਂ ਪਤਾ ਹੁੰਦਾ ਐਗਜੈਕਟਲੀ ਕੀ ਹੋਇਆ ਕੋਈ ਸੁਸਾਈਡ ਨੋਟ ਹੈ ਕਿ ਨਹੀਂ ਹੈ ਉਹ ਜਿਹੜੇ ਪਹਿਲੇ ਕੁਛ ਕਾਰਜ ਉਹ ਕਰੂਸ਼ਲ ਹੁੰਦੇ ਆ ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਕੱਲ੍ਹ ਵੀ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਦੇ ਫੋਨ ਆਏ ਸੀ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਕੱਲ੍ਹ ਵੀ ਦਿੱਤੇ ਆ ਮੈਂ ਅੱਜ ਵੀ ਤੁਹਾਨੂੰ ਕਰ ਰਿਹਾ ਹੈਗਾ ਜਦੋਂ ਕੋਈ ਦੁਖਦਾਈ ਘਟਨਾ ਹੁੰਦੀ ਹੈ ਉਹਦੇ 'ਚ ਇੱਕ ਬਰੀਫਮੈਂਟ ਪੀਰੀਅਡ ਜ਼ਰੂਰ ਦੇ ਦਿਆ ਕਰੋ ਤੁਸੀਂ 2-4-5-6 ਘੰਟੇ ਦਾ ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ ਅਸੀਂ ਕੁਛ ਵੀ ਕੰਸੀਲ ਨਹੀਂ ਕਰਨਾ ਚਾਹੁੰਦੇ ਕੁਛ ਪਾਉਣਾ ਨਹੀਂ ਚਾਹੁੰਦੇ ਬਹੁਤ ਟ੍ਰਾਂਸਪੇਰੈਂਟ ਆ ਜੀ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ।